ਚਾਏ ਹੁਸੈਨ ਨੂੰ ਇਰਤਕਾ ਦਾ ਪੁੱਤਰੇ ਹੁਸੈਨ ਕੋਲੋਂ ਮਦਦ ਮੰਗੀ ਕਰ ਹੁਸੈਨ ਮੁਸ਼ਕਿਲ ਕੁਸ਼ਾ ਦਾ ਪੁੱਤਰੇ ਹਯਾਤੀ ਹੋਵੀ ਹੁਸੈਨ ਯਤੇ ਯਜ਼ੀਦ ਯਤੇ ਮੁਕਾਬਲੇ ਕੋ ਹਰਾਮ ਸਮਝੇ ਕਿਉਂ ਯਜ਼ੀਦ ਬੰਦੇ ਦਾ ਪੁੱਤਰ ਕੋਈ ਨੀ ਹੁਸੈਨ ਤਾਂ ਮੁਰਤਜ਼ਾ ਦਾ ਪੁੱਤਰੇ ਸਲਾਮਤ ਰਹੋ ਮਾਂ ਹੁਸੈਨ ਦੀ ਵਸਦਾ ਰਹੀ ਇਹੋ ਕੁਝ ਆਦਾ ਸ਼ਰੀਫ ਅੰਤ ਲੁੱਟੇ ਗਏ ਦੀਆਂ ਦੇ ਪਰਦੇ ਹੋਏ ਮੈਂ ਤਾਂ ਹਾਜ਼ਰੀ ਮੁਕੰਮਲ ਕਰਨੀ ਹੈ ਵਾਹ ਵਾਹ ਅਜ਼ਾਦਾਰ ਇਨ ਸੈਯਦ ਇਨ ਆ ਦਿਨ ਮੈਂ ਹਰ ਮਜਲੇ ਸੇ ਤੁਹਾਨੂੰ ਆਦਰ ਆਨਾ ਜੋ ਲੁੱਟੇ ਗਏ ਨਾ ਆਖਿਆ ਕਰ ਈ ਆਖ ਜੋ ਲੁੱਟੇ ਨੇ ਵਾਹ ਭਾਈ ਵਾਹ ਵਾਹ ਭਾਈ ਵਾਹ ਧੀਆਂ ਦੇ ਪਰਦੇ ਹੋ ਨੀ ਉਹ ਮਾਂ ਹੁਸੈਨ ਦੀ ਰਾਜ਼ੀ ਹੋ ਵੀ ਉਹ ਭਾਈ ਜ਼ਿੰਦਗੀ ਹੋਏ ਜਿਤਨੇ ਅਜ਼ਾਦਾਰ ਬੈਠੇ ਹੋ ਅੱਜ ਕਈ ਜਗ੍ਹਾ ਤੇ ਕੱਲ ਮਨਾਇਆ ਗਿਆ 18 ਜੇਠ ਕਿਤੇ ਅੱਜ 18 ਜੇਠ ਪੇ ਮਨੇਂਦੇ ਨੇ ਇਸੇ ਤਸਲਸਲ ਨਾਲ ਦਿਲ ਚਾਹੁੰਦੇ ਡੂ ਵੈਣ ਊਂ ਗਰੀਬ ਦੀ ਗੁਰਬਤ ਤੇ ਸੁਣਾਵਾਂ ਜਿਹੜਾ ਭਜਦੇ ਘੋੜੇ ਦੀ ਜ਼ੀਨ ਤੂੰ ਲੱਥਏ ਉਹ ਮੈਂ ਕਾਇਨਾਤ ਕੁਰਬਾਨ ਕਰਾਂ ਜਿਹਦਾ ਅਕਬਰ ਮਾਰਿਆ ਗਏ ਹਾਏ ਕਰ ਛੋੜੇ ਮਲੰਗੀ ਜ਼ਿਕਰ ਚ ਰੋਵਣ ਨਾਲ ਬੜੇ ਬੜੇ ਗੁਨਾਹ ਭਾਈ ਅਲਤਾ ਮਾਫ਼ ਹੁੰਦੇ ਨਾ ਸੈਯਦਾਦਾ ਬਾਬਾ ਜੀ ਮੇਰਾ ਦਿਲ ਚਾਹੁੰਦੇ ਮਸਾਹਿਬ ਦੀ ਇਬਤਦਾ ਉਹ ਸੈਯਦ ਹੀ ਮਜ਼ਲੂਮ ਹੁਸੈਨ ਦੇ ਇੱਕ ਵਹਿਣ ਨਾਲ ਕਰਾਂ ਜਿਹਦੀ ਮਖਸੂਸੀ ਮਨੇ ਦੇ ਵਦਨ ਲੋਕ ਅੱਖ ਜਾਣੇ ਉਮੁਲ ਮਸਾਹਿਬ ਬੀਬੀ ਜਾਣੇ ਯਾ ਸੈਯਦਾ ਆਦਾ ਪਿਆ ਢੱਲੀ ਦੀ ਗਰਜੇ ਝੋਲੀ ਫੈਲਾ ਮੈਂ ਪਿੰਦਾ ਤੂੰ ਹੀ ਪਿੰਨ ਮੈਂ ਗਿਆ ਕਿ ਨੀਤਾਂ ਦੇ ਦਿਨ 18 ਦੀ ਵਿੱਚ ਕਰਬਲ ਦੇ ਸਾਰਾ ਸਹੀ ਦਾਦਾ ਲੈ ਬੈਠੇ ਫਖਾਰ ਨਬੀਆਂ ਦਾ ਜ਼ਿੰਦਗੀ ਦੀ ਤਾਂਗ ਮੁਕਾ ਦੀਆਂ ਦੇ ਪਰਦੇ ਹੋਣੀ ਹੋ ਰੋਵਣ ਲਾਉਣੋ ਧੂੜ ਫਟੀ ਸਦਕਾ ਦੇਵਾ ਤੇ ਹੱਟੀਆਂ ਫੌਜਾ ਆਇਆ ਭੇਣ ਕੋ ਨਜ਼ਰ ਫਿਰਾਏ ਸਦਕਾ ਨੌਕਰਾਂ ਸਹੀ ਆਜ਼ਾਦ ਬਿਸਮਿਲਾ ਬਈ ਇਮਤਿਆਜ਼ ਮੌਲਾ ਜ਼ਿੰਦਗੀ ਦਰਾਜ਼ ਕਰੀ ਮੌਲਾ ਸੁਖੀ ਸੀਅਤ ਅਤਾ ਕਰਵੇ ਬਿਸਮਿਲਾ ਉਹਨੂੰ ਧੂੜ ਫਟੀ ਤੇ ਹੱਟੀਆਂ ਫੌਜਾ ਆਇਆ ਭੇਣ ਕੋ ਨਜ਼ਰ ਫਿਰਾਏ ਰੋਕਿਆ ਦੀ ਕੋਈ ਹੋਵੇ ਹਾ ਜਿਹੜਾ ਵੀਰ ਮੇਰੇ ਦੀ ਵਜੇ ਤਾ ਤੁਲ ਹੰਨਾ ਸਦਕਾ ਦੇਵਾ ਸ਼ਾਲਾ ਧੀਆਂ ਦੇ ਪਰਦੇ ਆਉਣੀ ਲਿਖਾਇਆ ਮੈਨੂੰ 2 ਮਿੰਟ ਬਾਕੀ ਬਹੁ ਪੜ ਗਈਆਂ ਬਹੁ ਥੋੜਾ ਪੜ੍ਹਨੇ ਜ਼ਿੰਦਗੀ ਹੋਈ ਆਜ਼ਾਦਾਰ ਮੇਰੇ ਮੌਲਾ ਦਾ ਚਲਦੀਆਂ ਰਹੀਆਂ ਨਜ਼ਰਬਾ ਗਿਣਦੀ ਰਹੀ ਹੈ ਸੈਣ ਸਕੀਨਾ ਹਾਏ ਬਾਬਾ ਸਿੰਘ ਚਿੱਟੀ ਡਾੜੀ ਵਾਲਾ ਬਜ਼ੁਰਗ ਆਜ਼ਾਦਾਰ ਜੀ ਨੌਕਰ ਸੈਯਦ ਹਾਏ ਆਜ਼ਾਦਾਰ ਔਖੇ ਔਖੇ ਸਵਾਲ ਕਰਦੇ ਆਦੇ ਉਹ ਗਿਣਦੀ ਰਹੀਏ ਜਿਹੜੀ ਬਾਬੇ ਦੇ ਸੀਨੇ ਤੇ ਸੰਭਣ ਦੀ ਆਦੀ ਆਈ ਮੈਂ ਕਿ ਚੱਲਦੀਆਂ ਰਹੀਆਂ ਨਜ਼ਰਬਾ ਗਿਣਦੀ ਰਹੀਏ ਬੀਬੀ ਜ਼ੈਨਬ ਆਲੀਆ ਪਹਿਲੀ ਜ਼ਰਬ ਚੱਲੀ ਆਦਮ ਨਬੀ ਟਿੱਬਾ ਛੋੜਾ ਦੂਜੀ ਚੱਲੀ ਨੂਹ ਛੋੜਾ ਤ੍ਰੀਜੀ ਚੱਲੀ ਇਬਰਾਹੀਮ ਭਾਈ ਜਾਨ ਟਿੱਬਾ ਛੋੜਾ ਅਮਨਪੁਰਾ ਲਿਓ ਯੱਕੇ ਬਾਦ ਦੀਗਰੇ ਜ਼ਰਬਾਂ ਚੱਲਦੀਆਂ ਗਈਆਂ ਨਬੀ ਟਿੱਬੇ ਛੁੜੇਂਦੇ ਗੈਨ ਮਲੰਗ ਜੀਵੇ ਨਬੀ ਹਟਦੇ ਗੈਨ ਮੈਨੂੰ ਜ਼ਰੀਆਂ ਦੀ ਕਸਮ ਦੀ ਪਿਓ ਦੇ ਗੱਲ ਨਾਲ ਰਲਦੀ ਆਈਏ ਵਾਹ ਭਾਈ ਵਾਹ ਵਾਹ ਭਾਈ ਜ਼ਿੰਦਗੀ ਦਰਾਜ਼ ਹੋਵੇ ਭਾਈ ਇਮਤਿਆਜ਼ ਮਾਂ ਹੁਸੈਨ ਦੀ ਵਸਦਾ ਰੱਖੀਏ ਬਿਸਮਿਲਾ ਬੜੀ ਕਬੂਲੀਅਤ ਮਜਲਿਸ ਚ ਬੜੀ ਰੂਹਾਨੀਅਤ ਵਾਲੀ ਮਜਲਿਸ ਕਿਉਂ ਜੋ ਬਾਰਗਾਹ ਕਬੂਲੀਅਤ ਅੱਛਾ ਜ਼ਿੰਦਗੀ ਹੋਏ ਬਾਨੀ ਮਜਲਿਸ ਭਾਈ ਇਮਤਿਆਜ਼ ਆਦਿਨ ਮੁਕੰਮਲ ਮਸਾਹਿਬ ਸੁਣਾ ਲੱਖ ਦਫਾ ਆਖ ਮੈਂ ਕਿ ਚੱਲਦੀਆਂ ਰਹੀਆਂ ਨੇ ਜ਼ਰਬਾਂ ਸਹੀਆ ਜ਼ਿਆਦਾ ਵੱਧਦੀਆਂ ਗਈਆਂ ਭਾਈ ਅਲਤਾਫ ਨਬੀ ਹਟਦੇ ਗਏ
ਦੀ ਪਿਓ ਦੇ ਗੱਲ ਨਾਲ ਰਲਦੀ ਆਈਏ ਅੱਜ ਰਕਮਨ ਅੱਲਾ ਬਿਸਮਿਲਾ ਸੋਹਣੀ ਮੁਕਾਣ ਫਿਰ ਹਸਨ ਸ਼ਾਹ ਜੀ ਜਾਂ ਡਾਹਵੀਂ ਜ਼ਰਬ ਚੱਲੀ ਜੀ ਆਏ ਅੱਛਾ ਸਯਦ ਆਜ਼ਾਦਾਰ ਜਿੱਥਾ ਭਾ ਬਲਦੀ ਹੈ ਜਾ ਹੁਆ ਜਲਦੀ ਆਦੇ ਪਿਓ ਦੇ ਗੱਲ ਨਾਲ ਜੋ ਆ ਰਲੀਏ ਈ ਜ਼ਾਲਿਮ ਹਟਾਇਆ ਕਿਵੇਂ ਤੇਰੀ ਗੱਲ ਦਾ ਜਵਾਬ ਥੋੜ੍ਹੀ ਜਿਹੀ ਦੇਰ ਦੇ ਬਾਅਦ ਦੇਣਾ ਸਯਦਾਦਾ ਇੱਕ ਮਿੰਟ ਮੈਨੂੰ ਇਜਾਜ਼ਤ ਦੇ ਮੈਂ ਆਪਣਾ ਲਫ਼ਜ਼ ਮੁਕੰਮਲ ਚੱਕਰਾਂ ਬਈ ਇਮਤਿਆਜ਼ ਹੁਸੈਨ ਮੈਂ ਕਿ ਜਦੋਂ ਡਾਹਵੀਂ ਜ਼ਰਬ ਚੱਲੀਏ ਚਾਚਾ ਬਜ਼ੁਰਗ ਅਜ਼ਾਦਾਰੇ ਦੁਆ ਕਰੇ ਲਫ਼ਜ਼ ਔਖੇ ਮੈਂ ਕਿ ਜਦੋਂ ਡਾਹਵੀਂ ਜ਼ਰਬ ਚੱਲੀਏ ਨਾਨੇ ਮੁਹੰਮਦ ਤੂੰ ਕਰਬਲਾ ਦਾ ਟਿੱਬਾ ਛੁੱਟ ਮਲੰਗ ਸਹੀ ਗਰੀਬ ਖੰਜਰ ਦਲਿਆ ਦੇ ਵਾ ਜਦਾ ਹੋ ਉਹ ਸਯਦਾਦਾ ਹੁਸੈਨ ਰੋ ਕੇ ਆਦੇ ਨਾਨਾ ਜੋ ਖੇਲੇ ਤੂੰ ਹੀ ਟੁਰਿਆ ਵੇਂਦੇ ਵਾਹ ਭਾਈ ਵਾਹ ਵਾਹ ਭਾਈ ਵਾਹ ਅੱਜ ਰੱਖੋ ਮਨ ਅੱਲਾ ਯਾਰਵੀਂ ਜ਼ਰਬ ਚੱਲੀਏ ਬਾਬੇ ਅਲੀ ਤੂੰ ਕਰਬਲਾ ਦੀ ਧਰਤੀ ਛੁੱਟ ਗਈ ਏ ਜਿਹੜਾ ਬੰਦਾ ਅੱਜ ਡਾਵੀਂ ਮੁਹਰਮ ਸਮਝ ਕੇ 18 ਜੇਲ ਦੀ ਦੀਵਾਰ ਮਖਸੂਸੀ ਸਮਝ ਕੇ ਆਇਆ ਬੇਟੇ ਜ਼ਿੰਦਗੀ ਹੋਵੀ ਜਵਾਨੀਆਂ ਮਾਣੇ ਪੀਰ ਹਸਨ ਸ਼ਾਹ ਜੀ ਗਰੀਬ ਖੰਜਰ ਦਲਿਆ ਦੇ ਵਾ ਬਤਾਓ ਅਦੇ ਹੈ ਵੋ ਬਾਬਾ ਅਲੀ ਅੱਜ ਔਖੇ ਵੇਲੇ ਤੂੰ ਹੀ ਟੁਰਿਆ ਵੇਂਦੇ ਵਾਹ ਭਾਈ ਵਾਹ ਇਹ ਕਰਬਲਾ ਹੈ ਇਹ ਕਰਬਲਾ ਹੈ ਯਾਰਵੀਂ ਜ਼ਰਬ ਤੋਂ ਬਾਅਦ 12ਵੀਂ ਜ਼ਰਬ ਚੱਲੀ ਹੈ ਹੁਣ ਜਿਹੜੇ ਚਿੱਟੇ ਸਰ ਵਾਲੇ ਬਜ਼ੁਰਗ ਬੈਠੇ ਹੋ ਮਲੰਗ ਸਿੰਘ ਜਾਂ ਚਿੱਟੇ ਸਰ ਵਾਲੀਆਂ ਮੇਰੀਆਂ ਬੁੱਢੜੀਆਂ ਮਾਵਾਂ ਜਿੱਥੇ ਹੀ ਬੈਠੀਆਂ ਇਹਨੂੰ ਚਿਕੂਕ ਮਾਰ ਕੇ ਗਵਾਈ ਡੇਸਨ ਬਈ ਇਮਤਿਆਜ਼ ਕਿਹੜੀ ਗਵਾਈ ਪੁੱਤਰਾਂ ਦਾ ਜਿਹੜਾ ਔਖਾ ਟਾਈਮ ਹੋਵੇ ਮਾਵਾਂ ਤਾਂ ਨਹੀਂ ਛੁੜੇਦੀਆਂ ਚਾਲਾ ਕੁਰਾਨ ਬਾਬਾ ਸਿੰਘ ਤੁਸਾਂ ਸਯਦ ਹੋ ਬਈ ਜਾਨ ਪੁੱਤਰ 100 ਸਾਲ ਦਾ ਹੋਵੇ ਪੁੱਤਰ ਕੋ ਥੁੱਡਾ ਹੀ ਲੱਗ ਪਵੇ ਨਾ ਹਸਨ ਸਿੰਘ ਮਾਂ ਹੱਸ ਵੀ ਅੱਲਾ ਕਰਕੇ ਦੌੜਦੀ ਹੈ ਅਗਰ ਹੀ ਚੁਬਲੇ ਤੇ ਮਾਤਮੀ ਦੀ ਦਾਲ ਨਾ ਨਿਕਲੀ ਮੇਰੀ ਸੈਣ ਕੋ ਦੁੱਖ ਲੱਗਸੀ ਕਿਹੜੀ ਗਵਾਈ ਬਈ ਜਾਨ ਪੁੱਤਰਾਂ ਦਾ ਜਿਤਨਾ ਹੀ ਔਖਾ ਟਾਈਮ ਹੋਵੇ ਮਾਵਾਂ ਨਹੀਂ ਛੁੜੇਨੀਆਂ ਸਯਦਾਦਾ ਚਾਵਾ ਕੁਰਾਨ ਰੱਖਾ ਮੇਰੇ ਸਰ ਤੇ ਬਾਰਵੀਂ ਜ਼ਰਬ ਕੋਈ ਇਹ ਜਿਹੀ ਚੱਲੀ ਏ ਓ ਮਾਂ ਜ਼ਹਰਾ ਤੂੰ ਟਿੱਬਾ ਛੁੱਟ ਗਏ ਇਹ ਮੌਜੇ ਅਲੀ ਦੀਦੀ ਦਾ ਜੀ ਉਹ ਵਹਿਣ ਕਰਨ ਵਾਲਾ ਹੱਕਲ ਮਾਰ ਕੇ ਆਦੀਏ ਜ਼ੈਨਬ ਦੀ ਹੁਣ ਤੂੰ ਜਾਣ ਤੇ ਬਿਰਾ ਜਾਣੀ ਵਾਹ 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 ਅਜਰੋ ਕੋਮਨ ਅੱਲਾ ਅਜਰੋ ਕੋਮਨ ਅੱਲਾ ਸੈਣ ਪੁਰਸਾ ਕਬੂਲ ਬਸ ਆਖਰੀ ਵਹਿਣ ਦੁਆ ਦੇਵਾਂ ਹੋ ਗਈ ਮੇਰੇ ਹਿੱਸੇ ਦੀ ਖੈਰਾਤ ਇਹੋ ਕੁਝ ਦੇਰ ਲੱਗਦੀ ਹੈ ਇਹੋ ਕੁਝ ਢਿੱਲ ਲੱਗਦੀ ਹੈ ਜਿਤਨਾ ਤੁਸੀਂ ਰੋ ਬੈਠੋ ਮੇਰੇ ਵਾਸਤੇ ਕਾਫੀ ਹੈ ਇੱਕ ਹਾਂਜਾ ਆਪਣੀ ਆਕਬਤ ਵਾਸਤੇ ਬਈ ਚਵਾ ਹਾਂ ਅਤੇ ਮੈਂ ਦੁਆ ਦੇਵਾਂ 12ਵੀਂ ਜ਼ਰਬ ਤੋਂ ਬਾਅਦ ਮਲੰਗ ਸਿੰਘ ਪਹਾੜ ਮਸਾਹਿਬ ਦਾ ਮੈਂ ਕਿਵੇਂ ਲੁਕਾਵਾਂ ਅਤੇ ਕਿਵੇਂ ਲਾਂਤੀ ਬਣਾ ਬਾਬਾ ਸਹੀ ਤੇਰੇ 12ਵੇਂ ਆਕਾ ਦਾ ਫਰਮਾਨ ਹੈ ਸਾਡੇ ਮਸਾਹਿਬ 'ਤੇ ਪਰਦਾ ਨਾ ਪਾਓ 13ਵੀਂ ਜ਼ਰਬ ਚੱਲੀਏ 13ਵੀਂ ਜ਼ਰਬ ਦੇ ਟਾਈਮ ਨਾ ਗਰੀਬ ਬਾਬੇ ਕੋ ਸੱਦੇ ਸਯਦਾਦਾ ਨਾ ਮਾਜ਼ਹਰਾ ਕੋ ਸੱਦੇਸ ਨਾ ਬਿਰਾ ਹਸਨ ਕੋ ਸੱਦੇਸ ਕਿਬਲਾ ਸਹੀ 13ਵੀਂ ਜ਼ਰਬ ਦੇ ਟਾਈਮ ਖੰਜਰ ਥੱਲੇ ਕਰਵਟ ਤਬਦੀਲ ਚ ਕੀਤੀ ਐਸ ਭੇਣ ਦੇ ਖੈਮਾ ਦੋ ਮੂੰਹ ਫਿਰ ਗਏਸ ਉੱਚੀ ਅਕਲ ਮਾਰ ਕੇ ਆਦੇ ਵਾਹੀ ਜਾਬਾ ਆਦੇ ਹੈ ਵੋ ਜ਼ੈਨਬ ਭੇੜ ਤੇ ਰਜੀ ਹੌਸਲਾ ਉਹ ਜਵਾਨੀਆਂ ਮਾਣੇ ਹੌਸਲੇ ਨਾ ਆਦੇ ਹੈ ਉਹ ਜ਼ੈਨਬ ਭੇੜ ਤੇਰਾ ਪਰਦਾ ਹੈ ਉਹ ਜ਼ੈਨਬ ਭੇੜ ਤੇਰੀ ਚਾਦ ਸਦਕਾ ਸਦਕਾ ਬਸ ਖਤਮ ਹਾਏ ਬਿਸਮਿਲ੍ਲਾ ਕਰਾ 13ਵੀਂ ਜ਼ਰਬ ਤੋਂ ਬਾਅਦ ਸਰ ਤਨ ਤੋਂ ਜੁਦਾ ਹੋਏ ਹੁਣ ਮੈਰੋ ਡੇਕੇ ਜਿਹੜਾ ਬੰਦਾ ਅੱਜਾਂ ਤੋਂ ਹੀ ਨਹੀਂ ਰੋ ਸਕਿਆ ਨੀਤ ਕੇ ਬੈਠੇ ਤਾਂ ਕਜ਼ਾ ਨਾ ਥੀ ਸੀ ਲਿਖਾ ਹੈ ਮੈਰੋ ਤਨ ਕਰ ਬਲਾ ਦੀ ਤਪਦੀ ਰੇਤ ਤੇ ਮੈਂ ਇਸ਼ਾਰਾ ਕਰੇ ਸਾਂ ਸਮਝਣਾ ਹੁਣ ਤਾਂ ਆਪ ਹੈ ਇੱਕ ਦਫ਼ਾ ਝੋਲੀ ਫੈਲਾ ਨਾ ਜਿਹੜੀ ਔਖੀ ਤੂੰ ਆ ਵੀ ਹੁਣ ਦਿਲ 'ਚ ਰੱਖੇ ਵੈਣ ਉਹ ਪਿਆ ਪੜਦਾ ਜੇ ਤੇ ਮਜਲਸਾ ਮੁਕਵੇਨੀਆਂ ਬਈ ਇਮਤਿਆਜ਼ ਹੁਸੈਨ ਜ਼ਰੀਆ ਮੌਜੂਦ ਹਨ ਤੇ ਮਨਜ਼ੂਰੀ ਵਾਲੀ ਬਾਹਰ ਗਏ ਇੱਥਾ ਬੜੇ ਬੜੇ ਤੂੰ ਹੀ ਕਬੂਲ ਥੀਂਦੇ ਨਿੱਠੇ ਨ 12ਵੇਂ ਇਮਾਮ ਦੀ ਬਾਹਰ ਗਏ ਬਈ ਅਲਤਾਫ ਮੈਂ ਕਿ ਤਨ ਕਰ ਬਲਾ ਦੀ ਤਪਦੀ ਰੇਤ ਤੇ ਉਹ ਸਯਦਾਦਾ ਤਨ ਕਰ ਬਲਾ ਦੀ ਰੇਤ ਤੇ ਜਿਹੜੇ ਬੰਦੇ ਨੀ ਵੇਰ ਉਹਨੇ ਮੈਂ ਕੋ ਦੱਸੋ ਸਾਰ ਕਹਿੰਦੇ ਕੋਲਾ ਮਲੰਗ ਹੈ
ਆਦੇ ਸ਼ਿਮਰ ਕੌਰ ਮੇਰੇ ਕੋ ਦੱਸੋ ਸਾਰ ਕੁਛ ਮੇਰੀ ਵਿੱਚ ਆਏ ਉਹ ਜਿਹੜੇ 18 ਜੇਠ ਮਨੇ ਪਏ ਹੋ ਸਾਰ ਕੋਈ ਵਿੱਚ ਆਏ ਆਦੇ ਕੋਈ ਨਾ ਝੋਲੀ ਪਾਤੇ ਸਯਾਜ਼ਾਦਾ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਇਹ ਜ਼ਾਲਮ ਦੇ ਬੱਚੇ ਲੂਇਆ ਤੁਸੈਨ ਦੇ ਜ਼ੁਲਫਾਂ ਚ ਪਏ ਇਹ ਸਰ ਚਾ ਕੇ ਟੁਰ ਪਏ ਜਿਵੇਂ ਜੋ ਧੀ ਦੇਹਦੀ ਵਧੀ ਤੇਰੀ ਗੱਲ ਦਾ ਜਵਾਬ ਹੈ ਜਿਵੇਂ ਜੋ ਧੀ ਦੇਹਦੀ ਵਧੀ ਆਈ ਨਿੱਕੇ ਜੇ ਹੱਥ ਚ ਬੱਧੇ ਨੇ ਰੋ ਰੋ ਕੇ ਚੀਮਾ ਸਵੇਣ ਕਰਕੇ ਆਦੀ ਹੱਥ ਕੱਢ ਮੇਰੇ ਪਿਓ ਦੀਆਂ ਵੇਣ ਕਰਕੇ ਜੀ ਹੱਥ ਨਾ ਜੋੜ ਨੌਕਰਾ ਆਦੀ ਹੱਥ ਕੱਢ ਮੇਰੇ ਪਿਓ ਦੀਏ ਉਹ ਜ਼ੁਲਫਾਂ ਚ ਉਹ ਬਾਸ਼ਿੰਦਾ ਕੋ ਬਜਫਾ ਦਾ ਬੀਬੀਆ ਦੀ ਕੰਡ ਖਾਲੀ ਦੇ ਜੀ ਉਹ ਧੀਆਂ ਦੇ ਪਰਦੇ ਹੋਣੀ ਨੌਕਰਾ ਮਾਫੀ ਦੇ ਅਗਰ ਇਜਾਜ਼ਤ ਦਿਓ ਤਾਂ ਅਗਲਾ ਬੈਣ ਸਈਆ ਜ਼ਿਆਦਾ ਪੜ੍ਹੀ ਵੰਜਾ ਬਈ ਇਮਤਿਆਜ਼ ਹੁਸੈਨ ਈ ਜ਼ਾਲਮ ਇੱਕ ਨਹੀਂ ਮੰਨੀ ਧੀ ਮਿੰਤਾ ਕਰੇ ਨੀ ਰਹੀ ਜ਼ਾਲਿਮ ਨੇ ਇੱਕ ਨਹੀਂ ਮੰਨੀ ਇਹ ਸਰ ਜਾ ਕੇ ਟੁਰ ਪਏ ਊ ਖੇਮੇ ਦੇ ਨਾਲ ਆ ਗੁਜ਼ਰੇ ਮਲੰਗ ਜਿਵੇਂ ਜਿੱਤਾ ਤੇਰੀ ਸੈਣ ਜ਼ੈਨਾ ਬਿਆਲ ਯਾਦ ਖੇਮਾ ਈ ਜ਼ਾਲਿਮ ਹੁਸੈਨ ਮੌਲਾ ਦਾ ਸਰ ਹਵਾ ਚ ਮੁਅੱਲਕ ਕੀਤਾ ਹੁਣ ਮੈਨੂੰ ਲੈ ਕੇ ਜੇਕਰ ਮਾਤਮ ਕਰਨੀ ਤਾਂ ਸਰ ਹਵਾ ਚ ਮੁਅੱਲਕ ਕੀਤਾ ਬੇਣ ਦੇ ਖੈਮਾ ਤੋਂ ਮੂੰਹ ਚੱਕੀ ਤੈਸ ਬੀਬੀ ਜ਼ੈਨਬ ਦੇ ਖੈਮਾ ਦੋ ਇਹ ਕਮੀ ਨਾ ਮੂੰਹ ਕਰਕੇ ਆਦੇ ਤੇਰਾ ਗਾਜ਼ੀ ਕਿਨ ਗਏ ਹਾਏ ਹਵੇ ਮਾਣ ਕਰੇ ਦੀ ਉਹ ਸੁਣ ਤਾ ਨਾ ਸ਼ਿਮਾ ਰਿਦਾ ਸਹਿ ਗਈ ਹੋਈ ਉਹਨੂੰ ਵੀਰ ਦਾ ਸਾਰ ਅਲਾ ਅਲਾ ਨਤੁੱਲਾ ਕੌਮ ਜ਼ਾਲਮੀਨ ਵਾ ਸਯਾ